ਮੈਂ ਸਭ ਤੋਂ ਪਹਿਲੇ ਮੋਗਾ ਦੀ ਸੰਗਤ ਦਾ ਤੁਹਾਨੂੰ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਨੇ ਸਾਡੇ ਤੇ ਬੜਾ ਵਿਸ਼ਵਾਸ ਰੱਖ ਕੇ ਇੱਕ ਇਤਿਹਾਸਿਕ ਫੈਸਲਾ ਕੀਤਾ ਸਹੀ ਮੈਨੇ ਤੇ ਪੰਜਾਬ ਗਰਮਣ ਦੀ ਜਿਹੜੀ ਸੈਕੰਡ ਟਰਮ ਦਾ ਪਹਿਲੇ ਸਾਲ ਦਾ ਪਰਫਾਰਮੈਂਸ ਤੇ ਰਿਫਰੈਂਡਮ ਦਿੱਤਾ ਪੰਜਾਬ ਦੀ ਜਨਤਾ ਨੇ ਤੇ ਇਹ ਹਿਸਟੋਰੀਕ ਜਿੱਤ ਵਿੱਚ ਜਿਹੜੀ ਵੱਡੀ ਗੱਲ ਹੋਈ ਹੈ ਮੋਗੇ ਸ਼ਹਿਰ ਚੋਂ ਪਹਿਲੀ ਵਾਰ ਲੀਡ ਆਈ ਹੈ ਜਿੱਥੇ ਪਹਿਲੇ ਨਹੀਂ ਵੀ ਤਾਂ ਲੀਡ ਅਕਾਲੀ ਦਲ ਦੇ ਲਾਸ ਹੀ ਹੁੰਦਾ ਸੀ ਦੇ ਸਪਸ਼ਟਲੀ ਸ਼ੋਅਸ ਕਿ ਪੂਰੇ ਅਰਬਨ ਰੂਰਲ ਦੋਨੋ ਲੋਕਾਂ ਨੇ ਜਨਤਾ ਨੇ ਪੂਰੇ ਵੱਡੀ ਗਿਣਤੀ ਦੇ ਸ਼ੋਮਨੀ ਕਾਲੀਦਲ ਦੀ ਗਵਾਈ ਥਲੇ ਉਹਨਾਂ ਨੇ ਜੋ ਕੰਮ ਕੀਤੇ ਹੈ ਉਹਨਾਂ ਨੂੰ ਐਕਸੈਪਟ ਕੀਤਾ ਤੇ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਲੀਡਰਸ਼ਿਪ ਦੀ ਐਕਸੈਪਟ ਕੀਤਾ 100 ਲੱਖ ਮਤਲਬ ਇਹ ਇੰਨਾ ਯੂਸਲੈਸ ਬਜਟ ਅੱਜ ਤੱਕ ਮਿਲ ਆਇਆ ਨਹੀਂ ਡਾਇਰੈਕਸ਼ਨਲੈਸ ਬਜਟ ਹੈ ਆ ਆਮ ਆਦਮੀ ਨੂੰ ਬੜੀਆਂ ਉਮੀਦਾਂ ਸੀ ਲੋਕਾਂ ਨੂੰ ਹੋਪ ਸੀ ਕਿ ਸ਼ਾਇਦ ਇਲੈਕਸ਼ਨ ਈਅਰ ਹੈ ਪਰ ਮੈਨੂੰ ਲੱਗਦਾ ਇਹਨਾਂ ਨੇ ਆਪਣੀ ਜਿਵੇਂ ਜਿਵੇਂ ਸੁਸਾਈਡ ਕਮਿਟ ਕਰਨੀ ਹੁੰਦੀ ਹੈ ਨਾ ਉਦੋਂ ਚਾਹੁੰਦੇ ਹੁੰਦੇ ਆ ਕਿ ਜੇ ਮੈਂ ਮਰਨਾ ਹੈ ਤਾਂ ਮੈਂ ਸਾਰਿਆਂ ਨੂੰ ਮਾਰ ਕੇ ਜਾਵਾਂ ਸੋ ਉਹ ਐਟੀਟਿਊਡ ਲੈ ਕੇ ਮੈਂ ਮਰਮ ਬਜਟ ਬਣਾਇਆ ਕਿ ਸਾਰਿਆਂ ਨੂੰ ਰਗੜ ਦੇ